अस्सलाम वालेकुम तू सारे डिप्रेस यूट्यूब चैनल मलिक सनावला ब्लॉग आज ऐसा एक मासी है ते इधर घर वाला फौत थिया होए ते ऐसा इधर को आए ही सब सर्वाइव दूर तो आए ऐसा यानी के सारा घर कुड़ा किलोमीटर सफर है ते लोग ऐसा एक गए एक बंदे को उन्हें आके सारे को लोग गिने ने 15,000 रुपया वीडियो था 1500 रुपया वीडियो था 15,000 आ गया ते 1500 वीडियो तक गिने ता यूट्यूब दे चढ़े ने भी मता को सारा वसीला बन ले मासी दा तो को नंबर दे सु ए नंबर तकरीन ते आवे सी तोरे को ते तुसा इने नाल जरूर ताउन करे सो मासी दा पूछते हैं क्या रोजगार मासी क्या हाल है तोरे कमावन वाला है ओ कोई ताई नी कमावन वाला जा के ये लोकां दिए जी हां ते अस मरीज बंदे आए को जना रोजी तक मसला कर सकते हैं ते बड़ी तांगा माए दी तक नो काम आ अच्छा ते बास नो काम आ अच्छा ऑपरेशन वाले थिया होए अच्छा ते मैं रोजी कर ही नहीं सकती अच्छा ये बस लोका दे मकान गेम फोन दे मैं बैठी हां ये तोरा अपना मकान कहनी है नहीं अपना अच्छा ना साले कोई जागा है बाहन जो की ना कोई घर का बंदा ना कोई बाली बच्चा अच्छा यानी कि तोरी औलाद भी कहनी औलाद ही कहनी अच्छा ते तोरा घर वाला कदा फौत थिया है घर वाले को आज 12 साल थी 12 साल ठीक है यानी कि तोरे नाल ही थे हम साए दे आसरे दे बैठे हुए कोई के नहीं तो रही थी तो सारा कोई का अच्छा अच्छा अल्लाह को ते तू समल जड़ा ना रोजगार तोरा किवे थी दे मांग पे दे या तू दे मांग पे को कौन दे दे आज के जमाने कोई नहीं दे मांग पे ते काय वेले भूखा बैठा रिया काय वेले खा बैठा काय वेले और ये मैं हाथ बनवाई ये तू मैं कलम दाद करते ते मैं दीद बनवाई दोस्त वो हेक दी ते हेक हे कहना तू अच्छा हेक हे कहना जी हेक हे कहना अच्छा अच्छा अल्लाह खुश रखे तुसा जरा ना वाला जरा शाम को वाला कल्ले का मसला बन रहे हैं कल्ले कल्ले होने आए हूं रोज जिमे आदे मी है झाड़े हवा है कल्ले पैरा ने ना कोई आसरा ना कोई आसरा है ना कोई जाए ना कोई जगह है ना कोई रिश्तेदार है कल्ले तो कल्ले होने आए ਇਵਨ ਤੁਹਾਨੂੰ ਤੁਸਾਂ ਜਿਹੜਾ ਨਾ ਨਾਜ਼ਰੀਨ ਦੇ ਦਿੱਤੇ ਹੋ ਤੁਸਾਂ ਇਸ ਮਾਸੀ ਜਿਹੜਾ ਨਾ ਬਿਲਕੁਲ ਕਲੀ ਇਹਦਾ ਜਿਹੜਾ 18 ਹੈ ਮਕਾਨ ਦੇਖਿਓ ਸਾਰਾ 18 ਖੜੇ ਜੇ ਜੇ 18 ਖੜੇ ਥੋੜਾ ਜਿਹਾ ਤੇ ਜਰਾ ਇਹਦੇ ਦਿਖਾ ਤਾ ਇਹ ਲੋਕਾਂ ਨੇ ਜਾਈਏ ਬੈਠੇ ਆ ਇਹ ਦੇਖੋ ਭਾਈ ਜਾਨ ਇਹ ਮਾਸੀ ਦਾ ਚੁੱਲ੍ਹਾ ਹੈ ਤੇ ਬਿਲਕੁਲ ਨਾ ਕੋਈ ਛੱਤ ਤੇ ਚਾਰ ਪਾਈ ਵੀ ਹੈ ਕਿ ਤਰੁੱਟੀ ਹੋਈ ਹੈ ਠੀਕ ਹੈ ਤੇ ਅੱਲਾ ਖੈਰ ਕਰੇ ਸੀ ਇਹ ਜਿਹੜਾ ਸ਼ੇਰੂ ਖੜਨ ਥੇ ਇਹ ਜਿਹੜਾ ਬਾਲੋਣੇ ਮਾਸੀ ਦਾ ਇਹਦੇ ਤੋਂ ਕੋਈ ਡਿਆਉ ਦਿਖੇ ਨੇ ਡਿਆਉ ਇਹ ਮਾਸੀ ਦਾ ਢਾਰਾ ਹੀ ਵੇ ਨਾ ਹੀ ਦਾ ਕੋਈ ਇਹ ਬਣਨ ਦੀ ਜਾ ਨਾ ਕੋਈ ਢਾਰਾ ਸਿਰ ਉਹਨਾਂ ਨੂੰ ਛੱਤ ਤੇ ਛਾਪਰ ਵੀ ਕਹਿ ਨਹੀਂ ਇੱਕ ਛਾਪਰ ਹੁੰਦੇ ਤੇ ਇਹਦਾ ਕਰਨ ਵਾਲਾ ਮਾਸੀ ਦਾ ਕੋਈ ਕਹਿ ਨਹੀਂ ਤੇ ਤੁਸਾਂ ਮਾਸੀ ਦਾ ਬਿਲਕੁਲ ਮਕਾਨ ਵੀ ਆਪਣਾ ਕਹਿ ਨਹੀਂ ਤੇ ਤੁਸਾਂ ਸਾਰੇ ਇਹਨਾਂ ਮਾਸੀ ਨਾਲ ਤਾਵਨ ਜ਼ਰੂਰ ਕਰੇ ਸੋ ਜਿਹੜੇ ਸੱਤ ਸੰਬੰਧ ਸਾਰੇ ਦੋਸਤ ਬੈਠੇ ਤੇ ਪਾਰ ਅੱਲਾ ਉਹਨਾਂ ਨੂੰ ਬਹੁ ਦੇਵੇ ਅੱਲਾ ਉਹਨਾਂ ਨੂੰ ਸਹਾਇ ਦੇਵੇ ਸਾਡੀ ਤੇ ਇਹ ਦੁਆ ਹੈ ਤੇ ਜਿਹੜਾ ਖਿਦਮਤ ਸਾਡੇ ਨਾਲ ਖੜੇ ਤੇ ਕਰੇ ਸਨ ਖਿਦਮਤ ਅੱਗੇ ਵੀ ਕਰੇ ਸਨ ਦੋਸਤਾਂ ਦੀ ਹਕੀਕਤ ਹੈ ਇਹਦੇ ਵਿੱਚ ਕੋਈ ਅਸਾਂ ਇਹੋ ਕਹਿ ਨਹੀਂ ਕਰਦੇ ਜਿਹੜੇ ਸਭ ਦੋਸਤ ਰਹਿੰਦੇ ਨੇ ਅਸਾਂ ਵਾਲਾ ਦੇ ਆਂਦੇ ਆਂ ਤੇ ਜਿੱਥੇ ਇਹੋ ਕਰਨਾ ਹੈ ਤੇ ਮਾਸੀ ਤੁਸਾਂ ਇਹ ਦੱਸੋ ਵਾਲਾ ਤੁਸਾਂ ਜਿਹੜਾ ਨਾ ਮਸਲਾ ਤਾਂ ਬਣਦਾ ਉਸੇ ਤੋਂ ਕੱਲੇ ਰਹਿਣ ਦਾ ਹੈ ਨਾ ਨਾ ਮਸਲਾ ਜਾ ਤਾਂ ਤੇਰੀ ਆਪਤੀ ਕਹਿਣੀ ਉਹ ਜਾ ਕੇ ਤਾਂ ਆਪਤੀ ਹੋਵੇ ਤਾਂ ਵਲ ਇਵੇਂ ਧਾਰੇ ਟੱਪੇ ਚ ਬੈਠੇ ਹੋ ਮਤਲਬ ਕੋਈ ਸ਼ੈ ਹੋਵੇ ਤਾਂ ਕੋਈ ਮਕਾਨ ਬਣਵਾਉ ਨਾ ਹਾ ਹਾਂ ਇਹ ਗੱਲ ਸਹੀ ਕਰੂੰ ਜੇ ਲੈ ਤਾਂ ਕਾ ਤੇ ਮਕਾਨ ਕੀ ਬਣਵੇ ਸੋ ਹਾਂ ਕੀ ਬਣਵੇ ਸੋ ਸਹੀ ਜ਼ਾਲੀ ਦੀ ਕਮਾਤ ਪੂਰੀ ਪਹੁੰਚੀ ਤੱਕ ਬੱਤੇ ਹਾਂ ਤਾਂ ਮਸ ਘਰ ਪੂਰਾ ਥਿੰਦੇ ਮਤਲਬ ਉਹ ਡਿਪਰੈਸ਼ਨ ਵਾਲਾ ਮਸਲਾ ਹੈ ਮਤਲਬ ਦੀ ਦਾ ਮਸਲਾ ਹੈ ਦੀ ਦਾ ਹੀ ਕਹਿਣੀ ਬਿਲਕੁਲ ਇੱਕ ਆਖੇ ਜੇ ਬਣਵਾਉਣੀ ਹੈ ਇੱਕ ਆਖ ਬਣਵਾਉਣੀ ਅੱਛਾ ਨਾਜ਼ਰੀ ਦੇਖੋ ਦੋਸਤ ਕੋਈ ਡਾਕਟਰ ਦੇਦਾ ਪਿਆ ਹੋਵੇ ਕੋਈ ਤਾਉਣ ਕਰਨਾ ਚਾਹਵੇ ਇੱਕ ਆਖ ਮਾਸੀ ਦੀ ਖਤਮ ਹੈ ਬਿਲਕੁਲ ਇੱਕ ਬਣਵਾਉਣ ਮੰਗ ਪੈਂਦੇ ਤੈਂ ਮੈਂ ਕਰੂੰ ਤੇ ਜਿਹੜਾ ਨਾ ਤੁਸੀਂ ਜ਼ਰੂਰ ਇਹਨਾਂ ਨਾਲ ਤਾਮਨ ਕਰੇ ਸੋ ਇੱਕ ਆਖ ਇਹਨਾਂ ਦਾ 15,000 ਰੁਪਏ ਦਾ ਇੱਕ ਆਖ ਦਾ ਖਰਚਾ ਹੈ ਪਰ ਤੁਸੀਂ ਜ਼ਰੂਰ ਇਹਦੀ ਇੱਕ ਆਖ ਬਣਵੇ ਸੋ ਲਾਜ਼ਮੀ ਤੇ ਸਾਡੀ ਅਪੀਲ ਹੈ ਮਾਸੀ ਤੁਸੀਂ ਵਾਲ ਆਖ ਕੋਈ ਦੋਸਤ ਬਣਵਾ ਦੇਵੇ ਤੁਸੀਂ ਉਹਨਾਂ ਨੂੰ ਦੁਆ ਤੜੇ ਸੋ ਹਾਂ ਅਸਾਂ ਕੀ ਨਾ ਦੁਆ ਨਾ ਨੇ ਜੈਨ ਸਾ ਕੋ ਰੋਜ਼ੀ ਲੈ ਕਰੇ ਸੇ ਸਾਰੀ ਈਦ ਚਾਹੀ ਸੀ ਵੈਸੀ ਮਨ ਸਾ ਦੁਆ ਕੀ ਵੇ ਨਾ ਕਰੂ ਸਾਰੀ ਦਾ ਹਰ ਵੇਲੇ ਦੁਆ ਹੈ ਜੀ ਹਾਂ ਜੀ ਹਾਂ ਹਰ ਵੇਲੇ ਦੁਆ ਹੈ ਸਾਰੀ ਦਾ ਕੋਈ ਸਰ ਨਾ ਕੋਈ ਬੰਦਾ ਹੀ ਤਾਮਲ ਕਰੇ ਅਸਾਂ ਤਾਂ ਹੂੰ ਬੰਦੇ ਕੋਈ ਬਾਰ ਵਾਲੀ ਦੁਆ ਕਰੇ ਨੇ ਨਾ ਕਰਨ ਦਾ ਹੀ ਦੁਆ ਕਰੇ ਨੇ ਸਕਨਾ ਕਹਿ ਕੋ ਬਲੂ ਤਾਂ ਨਹੀਂ ਕਰਦਾ ਅੱਲਾਹ ਸਾਹਿਬ ਤਾਂ ਨਸੀਬ ਜੀ ਹਾਂ ਜੀ ਅੱਲਾਹ ਖੈਰ ਕਰੇ ਸੀ ਮਾਸੀ ਕੋਈ ਦੇ ਸਨ ਲੋਕ ਤਾਮਨ ਜ਼ਰੂਰ ਕਰੇ ਸਨ ਮਾਸੀ ਰੋਣਾ ਨਹੀਂ ਇਹ ਨਾ ਤੁਸੀਂ ਇਹ ਨਾ ਕਰੋ ਅੱਲਾਹ ਖੈਰ ਕਰੇ ਦੋ ਦੇਸ ਤੇ ਪੈਂਦੇ ਤੋ ਬਿਲਕੁਲ ਮਾਸੀ ਬਿਲਕੁਲ ਨਾ ਇਹ ਬਿਲਕੁਲ ਹੀ ਹੈ ਇਹਨਾਂ ਕਰਨ ਵਾਲਾ ਕੋਈ ਕਹਿ ਨਹੀਂ ਤੇ ਤੁਸੀਂ ਜਿਹੜਾ ਨਾ ਜ਼ਰੂਰ ਤਾਮਨ ਕਰੇ ਸੋ ਭਾਈ ਜਾਨ ਅੱਲਾ ਖੁਸ਼ ਰੱਖਣੇ ਅੱਲਾ ਬਾਦ ਰੱਖਣੇ ਮਾਸੀ ਦਾ ਘਰ ਵੀ ਦੇ ਦੇ ਪਿੱਛਾ ਬਿਲਕੁਲ ਆਪਣਾ ਘਰ ਵੀ ਕਹਿ ਨਹੀਂ ਮੰਗ ਕੇ ਯਾਨੀ ਕਿ ਕਹਿ ਦਾ ਕਿਰਾਏ ਤੇ ਬੈਠੀਏ ਤੇ ਕਿਰਾਇਆ ਚੋਖਾ ਭਰੇ ਦੇ ਵੇਂਦਾ ਜ਼ਿਆਦਾ ਕਿਰਾਇਆ 2000 ਭਰੇ ਦੇ ਚਲੋ ਚਲੋ ਅੱਲਾ ਅੱਲਾ ਖੈਰ
ਰਹਿ ਦੀ ਅੱਲਾ ਕਰੇ ਸੀ ਜਾਨ ਛੋਟ ਵਿੱਚ ਤੁਹਾਡੇ ਕਨੇ ਦੋਸਤ ਤੁਹਾਨੂੰ ਤਾਮਨ ਕਰੇ ਸਨ ਅਤੇ ਮਜ਼ੀਦ ਜਿਵੇਂ ਤੁਹਾਡੇ ਨਾਲ ਯੋਗ ਕਰੇ ਪੈਣ ਕਿਰਾਏ ਦੀ ਵੀ ਜਾਨ ਛੋਟ ਵਿੱਚ ਸੀ ਕਿਰਾਇਆ ਤੋਂ ਅੱਲਾ ਕਰੇ ਦੋਸਤ ਖਿਦਮਤ ਜਿਵੇਂ ਕਰੇ ਦਿਆ ਸਨ ਅਸਾਂ ਜਿਹੜਾ ਨਾ ਤੁਹਾਡਾ ਕਿਰਾਏ ਭਰ ਵੇ ਸੂੰ ਅਤੇ ਸਾਰਾ ਕੰਮ ਕਰੇ ਸੂੰ ਅਤੇ ਤੁਸਾਂ ਜਿਹੜਾ ਨਾ ਬਾਈ ਜਾਨ ਦੇ ਪਏ ਅੱਲਾ ਤੋਂ ਖੁਸ਼ ਰੱਖੇ ਅੱਲਾ ਬਾਦ ਰੱਖੇ ਅਤੇ ਜ਼ਰੂਰ ਤੁਸਾਂ ਮਾਸੀ ਨਾਲ ਤਾਮਨ ਕਰੇ ਸੋ ਜ਼ਰੂਰ ਇਹ ਸਾਡੀ ਮਾਸੀ ਬਿਲਕੁਲ ਬਹੁ ਹੀ ਹੈ ਕਹਿਣੀ ਹਾਲਾਤ ਛੋਟੀ ਦਾ ਅਤੇ ਜ਼ਰੂਰ ਤੁਸਾਂ ਇਹਦੇ ਨਾਲ ਤਾਮਨ ਕਰੇ ਸੋ ਅਤੇ ਹੁਣ ਸਭ ਕੋਈ ਬੰਦੇ ਨੇ ਤਾਮਨ ਕੀਤਾ ਅਤੇ ਅਸਾਂ ਜਿਹੜਾ ਨਾ ਮਾਸੀ ਕੋ 500 ਰੁਪਇਆ ਤਾਮਨ ਕੀਤਾ ਇੱਕ ਦੋਸਤ ਨੇ ਅਸਾਂ ਮਾਸੀ 500 ਰੁਪਇਆ ਦਿੰਦੇ ਪਏ ਤੁਸਾਂ ਜ਼ਰੂਰ ਇੱਕ ਖਿਦਮਤ ਕਰੇ ਸੋ ਇੱਕ ਦੋਸਤ ਇਹ ਮਾਸੀ 500 ਰੁਪਇਆ ਇਹ ਗਿਣ ਗਿਨੋ ਇਹ ਉਹ ਕੋ ਦੁਆ ਹੀ ਕਰੋ ਚਾ ਜ਼ਰਾ ਆਮੀਨ ਅੱਲਾ ਕੋ ਜਿਹੜਾ ਨਾ ਸਾਈ ਦੇਵੇ ਅੱਲਾ ਉਹਦੀ ਉਮਰ ਤਰਾਜ਼ ਕਰੇ ਜੀ ਜੀ ਸਾਰੇ ਨਾਲ ਉਹ ਜਿਹੜਾ ਨਾ ਤਾਮਨ ਕਰੇ ਦਾ ਰਾਹ ਅੱਲਾ ਕੋ ਸਿਹਤ ਦੇਵੇ ਜੀ ਅੱਲਾ 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 ਖੈਰ ਕਰੇ ਦੁਆ ਕਰਦੇ ਸਮਝੋ ਤੇ ਤੁਸਾਂ ਜਿਹੜਾ ਨਾ ਜ਼ਰੂਰ ਸਾਰੇ ਨਾਲ ਇਹਨੇ ਮਾਫ਼ੀ ਨਾਲ ਤਾਮਨ ਕਰੇ ਸੋ ਅਸਾਂ ਇੱਕ ਦਿੱਤੀ ਮੈਨੇ 500 ਰੁਪਇਆ ਜਿਹਨੇ ਸਾਨੂੰ 2 ਸਾਲ ਸਮੁੰਦਰ ਪਾਰ ਬੈਠਣ ਅੱਲਾ ਉਹਨਾਂ ਨੂੰ ਬਹੁ ਦੇਵੇ ਅੱਲਾ ਬਾਦ ਰੱਖੇ ਅਤੇ ਜ਼ਰੂਰ ਇਹ ਸਾਰਾ ਸਾਡੀ ਵੀਡੀਓ ਤਾਂ ਇੱਥੇ ਐਡਿਟ ਕਰਨੇ ਅਸਾਂ ਅਤੇ ਅਗਲੀ ਵੀਡੀਓ ਨਾਲ ਮਿਲਸੂ ਸਾਰੇ ਨਾਲ ਤਾਮਨ ਜ਼ਰੂਰ ਕਰਾਂਦੇ ਰਹੋ ਤੁਸਾਂ ਬਹੁ